કરી ਹੈ ਅਸੀਂ ਇੱਕ ਪੋਟੈਂਸ਼ੀਅਲ ਕੌਮ ਹੈ ਸਾਡੀ ਅਵੇਅਰਨੈਸ 100% ਇਹਨੂੰ ਕੰਟਰੋਲ ਰੱਖੇਗੀ ਸਹੀ ਜੀ ਪ੍ਰੋਫੈਸਰ ਜ਼ੈਹਰ ਸਾਹਿਬ ਜਿਸ ਤਰ੍ਹਾਂ ਡਾਕਟਰ ਸਾਹਿਬ ਅਲਮਤਾਂ ਦੱਸ ਰਹੇ ਨੇ ਤੇ ਇਹਦੇ ਚੈਨ ਨੇ ਜ਼ਿਕਰ ਚੈਸਟ ਦਾ ਵੀ ਕੀਤਾ ਸੀਨਾ ਤੇ ਕੀ ਕੀ ਲਮਤ ਹੋ ਸਕਦੀ ਹੈ ਸੀਨੇ ਵਿੱਚ ਕਿਹਾ ਕੋਈ ਬਲਗਮ ਬਣ ਜਾਏਗੀ ਜਾਂ ਕੋ ਪੇਨ ਹੋਏਗੀ ਕਿਸ ਤਰ੍ਹਾਂ ਦੀ ਲਮਤ ਹੋ ਸਕਦੀ ਹੈ ਦੇਖੋ ਜੀ ਤਾਸਰੇ ਜਿਸਮ ਦੇ ਜਿਹੜੇ ਹਿੱਸਿਆਂ ਨੂੰ ਕਰਦਾ ਜੇ ਨੱਕ ਨਾਲ ਗਲੇ ਨੂੰ ਕਰਦਾ ਲੇਕਿਨ ਨਾਲ ਫੇਫੜੇ ਵੀ ਕਰਦਾ ਜੇ ਠੀਕ ਹੈ ਔਰ ਉਹਦੇ ਵਿੱਚ ਫਿਰਿਆ ਕਿ ਖੁਸ਼ਕ ਖਾਂਸੀ ਔਰ ਅਗਰ ਬਿਮਾਰੀ ਜ਼ਿਆਦਾ ਹੋ ਜੂਵੇ ਤੇ ਸਾਹ ਦਾ ਚੜਨਾ ਸਾਡੇ ਹਸਪਤਾਲ ਗੁਲਾਬਦੀ ਹਸਪਤਾਲ ਈਸ਼ਿਆ ਦਾ ਸਭ ਤੋਂ ਵੱਡਾ ਹਸਪਤਾਲ ਹੈ ਇਹ ਚੈਸਤੇ ਸਾਹਿਬ ਦਾ ਮਰੀਜ਼ ਕਾਫੀ ਜ਼ਿਆਦਾ ਇਹਦੇ ਚ ਆ ਰਹੇ ਨੇ ਔਰ ਖਾਸ ਤੌਰ ਤੇ ਉਹ ਮਰੀਜ਼ ਆਉਂਦੇ ਨੇ ਜਿਨ੍ਹਾਂ ਨੂੰ ਆਲਰੇਡੀ ਫੇਫੜਿਆਂ ਦੇ ਮਸਲੇ ਹੈ ਨੇ ਅੱਛਾ ਜਿਹੜਾ ਲੇਕ ਸਿਹਤਮੰਦ ਨੇ ਜਵਾਨ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹਦੇ ਲਈ ਸਿੰਪਲ ਇੱਕ ਫਲੂ ਹੈ ਇਹ ਜਿਹੜਾ ਨਵਾਂ ਵੇਰੀਐਂਟ ਆਇਆ ਨ JN1 ਜਿਹਨੂੰ ਕਿਹਾ ਜਾਂਦਾ ਹੈ ਇਹ ਕਰੋਨਾ ਦਾ ਹੀ ਇੱਕ ਟਾਈਪ ਹੈ ਇਹਦੀ ਬੇਸਿਕਲੀ ਉੱਤੇ ਪ੍ਰੋਟੀਨ ਕੰਡੇ ਆਉਂਗੇ ਪ੍ਰੋਟੀਨ ਸਪਾਈਕ ਪ੍ਰੋਟੀਨ ਕਹਿੰਦੇ ਲੱਗੀਆਂ ਹੁੰਦੀਆਂ ਨੇ ਉਹਦੇ ਅੰਦਰ ਮਿਊਟੇਸ਼ਨ ਹੋਈ ਹੈ ਜਿਹਨੂੰ JN1 ਕਿਹਾ ਜਾਂਦਾ ਹੈ JN1 ਜਿਹੜੇ ਮਿਊਟੈਂਟ ਹੈ ਇਹ ਤੇਜ਼ੀ ਨਾਲ ਲੱਗਦਾ ਬਾਕੀ ਕਰੋਨਾ ਦੇ ਨਿਸ਼ਬਤ ਇੱਕ ਤੋਂ ਦੂਸਰੇ ਨੂੰ ਦੂਸਰੇ ਤੋਂ ਤੀਸਰੇ ਨੂੰ ਮਤਲਬ ਅਗਰ ਇੱਕ ਘਰ ਦੇ ਵਿੱਚ ਇੱਕ فرد ਨੂੰ ਹੋ ਜਾਏ ਤੇ ਸਾਰਿਆਂ ਨੂੰ ਹੋ ਜਾਏ ਬੜਾ ਇਮਕਾਨ ਹੈ ਕਿ ਸਾਰੇ ਸਾਰੇ ਹੋਣਗੇ ਅਗਰ ਉਹ ਸਿਹਤਮੰਦ ਨੇ ਔਰ ਰਿਸਕ ਗਰੁੱਪ ਦੇ ਵਿੱਚ ਨਹੀਂ ਹੈ ਰਿਸਕ ਗਰੁੱਪ ਕਿਹੜਾ ਜੇ ਛੋਟੇ ਬੱਚੇ 2 ਸਾਲ ਤੋਂ ਛੋਟੇ ਵੱਡੀ ਉਮਰ ਦੇ ਲੋਕ 65 70 ਸਾਲ ਤੋਂ ਉਮਰ ਦੇ ਲੋਕ ਸ਼ੂਗਰ ਵਾਲੇ ਮਰੀਜ਼ ਜਿਨ੍ਹਾਂ ਨੂੰ ਆਲਰੇਡੀ ਪੁਰਾਣੀ ਟੀਬੀ ਐਸਥਮਾ ਜੇ ਸੀਓਪੀਡੀ ਵਾਲੇ ਮਰਜ਼ਾ ਹੈ ਜਾਂ ਉਹਨਾਂ ਨੂੰ ਸ਼ੂਗਰ ਹੈ ਜਾਂ ਸਟੀਰੋਇਡ ਕਿਸੇ وجہ ਤੋਂ ਲੈ ਰਹੇ ਨੇ ਹਾਈ ਰਿਸਕ ਗਰੁੱਪ ਨੇ ਇਹਨਾਂ ਨੂੰ ਜਦੋਂ ਇਹ ਵਾਇਰਸ ਲੱਗਦਾ ਜੇ ਕਿਸੇ ਵੀ ਫਲੂ ਦੀ ਵਾਇਰਸ ਦੀ ਤਰ੍ਹਾਂ ਉਹਨਾਂ ਦੇ ਅੰਦਰ ਜ਼ਰਾਂ ਨੂੰ ਲੰਮਾ ਪਾ ਲੈਂਦਾ ਜੀ ਜ਼ਿਆਦਾ ਦੇਰ ਲਈ ਉਹਨਾਂ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਵੀ ਹੁੰਦੀ ਹੈ ਉਹਨਾਂ ਨੂੰ ਹਸਪੀਟਲ ਦੇ ਅੰਦਰ ਵੀ ਜਾਣਾ ਪੈਂਦਾ ਲਿਆਦਾ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਾਇਰਸ ਖਤਰਨਾਕ ਨਹੀਂ ਆਮ ਪਬਲਿਕ ਲਈ